ਜਾਬ ਦੇ ਜੋ ਨਵੇਂ ਸੀਐਮ ਬਣੇ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸਤ ਆਪਣੇ ਟੀਮ ਦੀ ਗਠਨ ਕੀਤੀ ਗਈ ਹੈ ਜਿਸ ਦੇ ਵਿੱਚ ਗੱਲ ਕਰੀਏ ਜਲੰਧਰ ਦੀ ਜਲੰਧਰ ਦੇ ਜ਼ਿਲ੍ਹੇ ਦੇ ਪ੍ਰਗਟ ਸਿੰਘ ਨੂੰ ਵੀ ਇਹ ਕੈਪਟਨ ਮੰਤਰੀ ਬਣਾ ਦਿੱਤਾ ਗਿਆ ਜਿਸ ਦੇ ਵਿੱਚ ਸੂਚਨਾ ਦੌਰਾਨ ਪਤਾ ਲੱਗ ਰਿਹਾ ਹੈ ਜਿਸ ਨੂੰ ਖੇਡ ਮੰਤਰੀ ਬਣਾਇਆ ਗਿਆ ਅਸੀਂ ਅੱਜ ਉਹਨਾਂ ਦੇ ਇਹ ਜਲੰਧਰ ਦੇ ਜੋ ਕੋਟੇ ਉਹਨਾਂ ਦੇ ਘਰ ਦੇ ਬਾਹਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪ੍ਰਗਟ ਸਿੰਘ ਦੀਆਂ ਤਸਵੀਰਾਂ ਜਿਸ ਦੇ ਵਿੱਚ ਉਹਨਾਂ ਦੇ ਵਰਕਰਾਂ ਵੱਲੋਂ ਮੂੰਹ ਮਿੱਠਾ ਕਰਕੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਦੇ ਫਾਦਰ ਸੁਬਾਨ ਵੀ ਔਰ ਉਹਨਾਂ ਦੇ ਨਾਲ ਜੋ ਜਲੰਧਰ ਕੈਂਟ ਦੇ ਵਰਕਰ ਉਹ ਆ ਪੁੰਚੇ ਹੋਏ ਨੇ ਉਹਨਾਂ ਨੂੰ ਵਧਾਈ ਦੇਣ ਲਈ ਜਿਸ ਦੇ ਸਿੱਧੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਪ੍ਰਗਟ ਸਿੰਘ ਦੇ ਘਰ ਦੀਆਂ ਜੋ ਅੱਜ 4.5 ਸਾਲ ਬਾਅਦ ਜਲੰਧਰ ਜ਼ਿਲ੍ਹੇ ਦੇ ਜੋ ਕੈਂਟ ਹਲਕੇ ਦੇ ਪ੍ਰਗਟ ਸਿੰਘ ਜੀ ਨੂੰ ਕੈਪਟਨ ਦਾ ਉਹਦਾ ਦੇ ਦਿੱਤਾ ਗਿਆ ਜਿਸ ਦੇ ਵਿੱਚ ਖੇਡ ਪਦ ਸੂਚਨਾ ਦੌਰਾਨ ਪਤਾ ਲੱਗਿਆ ਸੀ ਬਾਪੂ ਜੀ ਗੱਲਬਾਤ ਕਰਦੇ ਆ ਬਾਪੂ ਜੀ 4.5 ਸਾਲ ਬਾਅਦ ਮੌਕਾ ਮਿਲਿਆ ਪ੍ਰਗਟ ਜੀ ਨੂੰ ਜੋ ਕੈਪਟਨ ਦੇ ਵਿੱਚ ਹਿੱਸਾ ਮਿਲਿਆ ਉਹ ਇਦਾਂ ਗੱਲ ਆ ਜਿਸ ਕੰਮ ਨੂੰ ਲੱਗਿਓ ਸੀ ਕਿ ਪਤਾ ਨੂੰ ਪਤਾ ਹੋ ਹੀ ਗਿਆ ਜੀ ਠੀਕ ਨੇ ਤੋ ਹੋਰ ਇਦਾਂ ਨਾਲ ਜਿਆਦਾ ਇਸ ਲਾਈਨ ਦੇ ਵਿੱਚ ਬੰਦਾ ਪਿਆ ਹੋਵੇ ਤੇ ਕਰਨਾ ਹੀ ਪੈਂਦਾ ਠੀਕ ਹੈ ਇਹਨੂੰ 8-7 ਸਾਲ ਹੋ ਗਏ ਵੇ ਇਸ ਕਾਲ ਨੂੰ 10-10 ਮਹੀਨਾ ਸਾਲ ਜਾਂਦਾ ਇਸ ਲਾਈਨ ਦੇ ਵਿੱਚ ਪਿਆ ਇਸ ਕਰਕੇ ਵੇ ਉਹਨਾਂ ਮਹਾਰਾ ਬੜੀ ਦੇਰ ਬਾਅਦ ਵਾਡੀ ਆਈ ਹੈ ਜੋ ਅੱਜ ਨਵੇਂ ਸੀਐਮ ਬਣੇ ਨੇ ਉਹਨਾਂ ਨੇ ਆਪਣੇ 7 ਮੰਤਰੀਆਂ ਨੂੰ ਅਹੁਦਾ ਦਿੱਤਾ ਉਹਦੇ ਵਿੱਚ ਜਲੰਧਰ ਦੇ ਪ੍ਰਗਟ ਸਿੰਘ ਨੂੰ ਦੀ ਅਹੁਦਾ ਦਿੱਤਾ ਤੁਹਾਡੇ ਬੇਟੇ ਨੂੰ ਹਾਂਜੀ ਹਾਂਜੀ ਆਜੂ ਨੂੰ ਵੀ ਦਿੱਤਾ ਕੀ ਕਹਿਣਾ ਚਾਹੋਗੇ ਇਸ ਦਾ ਅਸੀਂ ਕਹਿੰਦੇ ਬਹੁਤ ਖੁਸ਼ੀ ਹੈ ਸਾਨੂੰ ਤਾਂ ਠੀਕ ਆ ਪੇ ਤਾਂ ਦੇ ਜਿਹੜੇ ਬੱਚੇ ਆ ਕਿਤੇ ਕਿਤੇ ਜੰਮਦੇ ਸਾਰਿਆਂ ਦੇ ਥੋੜੋ ਏਦਾਂ ਹੁੰਦੀ ਗੱਲ ਇਹਦੇ ਦੋਂਦੇ ਜੰਮਿਆ ਉਦੋਂ ਦੀ ਸਾਨੂੰ ਬੜੀ ਖੁਸ਼ੀ ਹੈ ਜਿਹੜੇ ਜਿਹੜੇ ਹੱਥ ਨੂੰ ਕੰਮ ਨੂੰ ਪਾਉਂਦਾ ਜਿਹਨੂੰ ਜਿੱਧਰ ਨੂੰ ਸਿੱਧਾ ਹੁੰਦਾ ਬਸ ਇਹਦਾ ਕੰਮ ਮਾਲਕੀ ਉਹ ਕਰੀ ਜਾਂਦਾ ਸਾਡੇ ਨਾਲ ਹੋਰ ਵੀ ਵਰਕਰ ਆ ਅੱਜ ਸਾਢੇ 4 ਸਾਲ ਬਾਅਦ ਜੋ ਪ੍ਰਗਟ ਸਿੰਘ ਜੀ ਨੂੰ ਮੌਕਾ ਮਿਲਿਆ ਕੈਪਟਨ ਦੇ ਵਿੱਚ ਕੀ ਕਹਿਣਾ ਚਾਹੋਗੇ ਇਹ ਬਹੁਤ ਬਹੁਤ ਵਧੀਆ ਹੋਇਆ ਜੀ ਜੋ ਮਤਲਬ ਬੀਸਿਕਲੀ ਇਹ ਕਾਬਿਲ ਸੀਗੇ ਲੇਕਿਨ ਕਿਤਨੇ ਕਿਤੇ ਇਹਨਾਂ ਨੂੰ ਇਗਨੋਰ ਕੀਤਾ ਗਿਆ ਲੇਕਿਨ ਹੁਣ ਚਲੋ ਨਵੇਂ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਮੌਕਾ ਦਿੱਤਾ ਤੋ ਜੋ ਵੀ ਇਹ ਵਧੀ ਤੋਂ ਵਧੀਆ ਕੰਮ ਕਰਕੇ ਪੰਜਾਬ ਚ ਦਿਖਾਉਣਗੇ ਜੀ ਤੇ ਨਵਜੋਤ ਸਿੰਘ ਸਿੱਧੂ ਨਾਲ ਬਹੁਤ ਪ੍ਰਗਟ ਸਿੰਘ ਜੀ ਦੀ ਸੀ ਉਸ ਤੋਂ ਬਾਅਦ ਜੋ ਨਵੇਂ ਸੀਐਮ ਬਣੇ ਨੇ ਉਹਨਾਂ ਨੇ ਪੰਜਾਬ ਦੇ 7 ਜ਼ਿਲ੍ਹੇ ਜੋ ਇੱਕ ਜ਼ਿਲ੍ਹਾ ਜੋ ਜਲੰਧਰ ਦਾ ਵਿੱਚ ਚੁਣਿਆ ਗਿਆ ਉਹਨਾਂ ਨੂੰ ਪ੍ਰਗਟ ਸਿੰਘ ਜੀ ਨੂੰ ਮੌਕਾ ਦਿੱਤਾ ਗਿਆ ਹਾਂਜੀ ਹਾਂਜੀ ਕਾਬਲੀਅਤ ਕਰਕੇ ਉਹਨਾਂ ਨੇ ਕਿਹਾ ਕਿ ਹਾਂ ਵੀ ਪ੍ਰਗਟ ਸਿੰਘ ਸਪੋਰਟਸ ਨੂੰ ਵੀ ਅੱਗੇ ਡਾਇਰੈਕਟਰ ਸਪੋਰਟਸ ਵੀ ਰਹੇ ਸੀਗੇ 2005 ਤੋਂ ਲੈ ਕੇ 2012 ਤੱਕ ਇਹਨਾਂ ਨੇ ਡਾਇਰੈਕਟਰ ਸਪੋਰਟਸ ਕੰਮ ਕੀਤਾ ਉਦੋਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਸਟੇਡੀਅਮ ਇਹਨਾਂ ਦੀ ਉਹ ਮਤਲਬ ਰਹਿਨਵਾਈ ਨੇ ਬਣੇ ਸੀਗੇ ਲੇਕਿਨ ਇਹਨਾਂ ਨੂੰ ਬਾਅਦ ਚ ਐਮਐਲਏ ਬਣਤ ਬਾਅਦ ਮਤਲਬ ਇਹਨਾਂ ਨੂੰ ਉਸ ਮੈਂ ਮਤਲਬ ਉਧਰ ਨੂੰ ਤੋਰਿਆ ਨਹੀਂ ਗਿਆ ਮਤਲਬ ਇਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਕਿ ਹਾਂ ਵੀ ਕੁਛ ਅੱਗੇ ਕਰ ਸਕਣ ਹੁਣ ਚਲੋ ਚਾਂਸ ਮਿਲਿਆ ਹੈ ਹੁਣ ਦੇਖੋ ਮਹਿਕਮਾ ਕਿਹੜਾ ਮਿਲਦਾ ਤੇ ਫਿਰ ਉੱਚੇ ਬਹੁਤ ਦੇਰ ਦੇਰ ਹੋ ਗਈ ਸੀ ਕਿਹੜਾ ਹੁਣ ਤੁਹਾਨੂੰ ਲੱਗਦਾ 2022 ਦੇ 4 ਮਹੀਨੇ ਰਹਿ ਗਏ ਨੇ 4 ਮਹੀਨਿਆਂ ਚ ਦੋ ਪ੍ਰਗਟਜੀ ਨੇ ਦੇਖਿਆ ਹੋਏਗਾ ਪੰਜਾਬ ਦਾ ਉਹ ਵਾਦੇ ਪੂਰੇ ਦੇਖੋ ਹੁਣ ਇਨਸਾਫ ਹੋਣੀ ਐਮਐਲਏ ਸਾਹਿਬ ਹੁਣ ਕਰਨਗੇ ਜੀ ਜਿੱਦਾਂ ਵੀ ਹੋਇਆ ਜਿੰਨੀ ਕੋਸ਼ਿਸ਼ ਹੋ ਸਕੇ ਪੂਰੀ ਕਰਨਗੇ ਜੀ ਸਾਡੇ ਨਾਲ ਹੋਰ ਵਰਕਰ ਵੀ ਆ ਜੋ ਬਾਪੂ ਜੀ ਨੂੰ ਲੱਡੂ ਖਵਾ ਰਹੇ ਸੀ ਤੁਸੀਂ ਅੱਜ ਵਧਾਈਆਂ ਦੇਣ ਲਈ ਆਏ ਹੋ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧਾਈਆਂ ਔਰ ਸਾਡੇ ਮਾਨਯੋਗ ਐਮਐਲਏ ਪ੍ਰਗਟਜੀ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਔਰ ਡਿਜ਼ਰਵ ਵੀ ਕਰ ਦਿਆ ਜੀ ਐਕਚੁਅਲੀ ਉਹ ਜਿਹੜੇ ਵੀ ਚੀਜ਼ ਨੂੰ ਪਕੜਦੇ ਆ ਜਾਂ ਜਿਹਦੇ ਵੀ ਡਿਪਾਰਟਮੈਂਟ 'ਚ ਬੈਠਦੇ ਆ ਉਹ ਕੰਮ ਆਪਣਾ ਬੜੀ ਇਮਾਨਦਾਰੀ ਨਾਲ ਉਹ ਵਧੀਆ ਤਰੀਕੇ ਨਾਲ ਕਰਦੇ ਆ ਜਿਸ ਕਰਕੇ ਅੱਜ ਵਾਹਿਗੁਰੂ ਜੀ ਨੇ ਮਿਹਰ ਕੀਤੀ ਉਹਨਾਂ ਤੇ ਸਾਡਿਆਂ ਤੇ ਸਾਰਿਆਂ ਤੇ ਔਰ ਉਸ ਕਰਕੇ ਅਸੀਂ ਸਾਰੇ ਬੜੇ ਖੁਸ਼ ਆ ਉਹਨਾਂ ਦੇ ਸਪੋਰਟਸ ਮਿਸਟਰ ਬਣਨ ਤੇ ਦੇਖਿਆ ਉਹਨਾਂ ਦੇ ਘਰ ਲੋਕ ਪਹੁੰਚ ਰਹੇ ਨੇ ਉਹਨਾਂ ਦੇ ਫਾਦਰ ਸਵਾਨ ਇੱਥੇ ਬੈਠੇ ਹੋਏ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਸਿੱਧੀਆਂ ਜਲੰਧਰ ਦੇ ਕੈਂਟ ਹਲਕੇ ਦੇ ਜੋ ਵਿਧਾਇਕ ਹੈ ਪ੍ਰਗਟ ਸਿੰਘ ਨੂੰ ਅੱਜ ਖੇਡ ਮੰਤਰੀ ਦਾ ਉਦਾ ਹਾਲੇ ਤਾਂ ਸੂਚਨਾ ਦੌਰਾਨ ਪਤਾ ਲੱਗਿਆ ਕੱਲ ਜੋ ਸੌ ਚੱਕੀ ਜਾਏਗੀ ਜਿਸ ਦੇ ਸੱਤ ਮੰਤਰੀਆਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਕਈ ਸੱਤ ਮੰਤਰੀਆਂ ਤੋਂ ਇੱਕ ਮੰਤਰੀ ਜੋ ਐਮ ਐਲ ਏ ਆ ਉਹ ਜਲੰਧਰ ਨੂੰ ਪ੍ਰਗਟ ਸਿੰਘ ਜੀ ਨੂੰ ਉਦਾ ਦਿੱਤਾ ਗਿਆ ਕੈਮਰਾਮੈਨ ਦੇਵ ਦੇ ਨਾਲ सोनू ਮਹਾਜਨ ਪੰਜਾਬ ਸੀ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ